ਇਨਸਾਫ ਲਈ ਹੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਦੇਖੋ ਜਿਹੜੇ ਰਾਜ ਵਿੱਚ ਔਰਤ ਦੀ ਇੱਜ਼ਤ ਮਹਿਫੂਜ਼ ਨਹੀਂ, ਲੋਕਾਂ ਦੀ ਜਾਨ ਤੇ ਮਾਲ ਮਹਿਫੂਜ਼ ਨਹੀਂ, ਉਹ ਰਾਜ ਨਹੀਂ ਕਿਹਾ ਜਾ ਸਕਦਾ। ਇੱਥੇ ਜੋ ਇਸ ਲੜਕੀ ਨਾਲ 7.5 ਮਹੀਨੇ ਬਾਅਦ ਇਹਨਾਂ ਨੇ FIR ਕੀਤਾ, ਉਹ ਇਹ ਜ਼ਾਹਰ ਕਰਦਾ ਕਿ ਸਰਕਾਰ ਦੀ ਹਰ ਕੋਸ਼ਿਸ਼ ਇਸ ਨੂੰ ਬਚਾਉਣ ਦੀ ਆ ਮੁਲਜ਼ਮ ਨੂੰ। ਅਸੀਂ ਇੱਥੇ ਮੰਗ ਕਰ ਰਹੇ ਹਾਂ ਕਿ ਇਸ ਪਰਚੇ ਤੋਂ ਬਾਅਦ ਇਹਦੀ ਤੁਰੰਤ ਗ੍ਰਿਫਤਾਰੀ ਕਰਕੇ ਸਲਾਖਾਂ ਮਗਰ ਭੇਜਿਆ ਜਾਵੇ। ਟ੍ਰਾਇਲ 3 ਮਹੀਨੇ ਦੇ ਅੰਦਰ ਅੰਦਰ, ਜਿਵੇਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਜਿੱਥੇ ਪੋਲੀਟੀਕਲ ਬੰਦਾ ਮੁਲਜ਼ਮ ਹੋਵੇ ਉਹ ਟ੍ਰਾਇਲ 3 ਮਹੀਨੇ 'ਚ ਮੁੱਕਣੀ ਚਾਹੀਦੀ ਹੈ, ਉਹ ਕੀਤੀ ਜਾਵੇ। ਅਸੀਂ ਉਸ ਤੋਂ ਬਿਨਾਂ ਆਰਾਮ ਨਹੀਂ ਕਰਾਂਗੇ ਜਿੰਨਾ ਚਿਰ ਇਹ ਕਾਰਵਾਈ ਨਹੀਂ ਹੋਈ। ਮੇਰਾ ਖਿਆਲ ਉੱਥੇ ਤਰੀਕ ਪੈ ਗਈ ਜਾਂ ਖਾਰਜ ਹੋ ਗਈ, ਤਾਂ ਹੀ ਇਹਨਾਂ ਨੇ ਕਰਤਾ, ਨਹੀਂ ਕਰਨ ਦੇ ਮੂਡ 'ਚ ਨਹੀਂ ਸੀਗੇ। ਚਲੋ ਅਸੀਂ ਤਾਂ ਲੜਾਈ ਲੜਨੀ ਹੈ, ਇਨਸਾਫ ਦੀ ਲੜਾਈ ਹੈ, ਅਕਾਲੀ ਦਲ ਲੜਦਾ ਹੈ, ਐਮਰਜੈਂਸੀ ਵਿਰੁੱਧ ਲੜੇ, ਹੋਰ ਜ਼ਿਆਦਤੀਆਂ ਵਿਰੁੱਧ ਲੜੇ, ਇਹ ਜ਼ਿਆਦਤੀ ਦੇ ਵਿਰੁੱਧ ਅਸੀਂ ਲੜਾਈ ਤਾਂ ਲੜਨੀ। ਬੈਂਸ ਨੂੰ ਕਾਂਗਰਸ ਦੀ ਸਰਕਾਰ ਸ਼ੈਲਟਰ ਕਰ ਰਹੀ ਆ, ਸਾਡਾ ਭਾਰਤ ਭੂਸ਼ਣ ਆਸ਼ੂ ਅੱਡੀਆਂ ਚੁੱਕ ਕੇ ਜ਼ੋਰ ਲਾਉਣ ਲੱਗਿਆ ਹੋਇਆ ਇਹਨੂੰ ਬਲਾਤਕਾਰੀ ਨੂੰ ਬਚਾਉਣ ਲਈ, ਲੁਧਿਆਣੇ 'ਚ ਆਪਣੀਆਂ ਯਾਰੀਆਂ ਪਗਾਉਣ ਲਈ, ਆਪਣੀ ਸਾਂਝ ਪਗਾਉਣ ਲਈ ਇਹਨਾਂ ਨੂੰ ਲੋਕ ਸਬਕ ਸਿਖਾਉਣਗੇ। ਕੋਈ ਵਜ੍ਹਾ ਨਹੀਂ ਕਿ ਨਾ ਸਬਕ ਸਿਖਾਉਣ ਇਹਨਾਂ। ਗ੍ਰਿਫਤਾਰੀ ਲਈ ਮੰਗ ਕੀਤੀ ਜਾ ਰਹੀ ਸੀ, ਸੌਰੀ ਪਰਚਾ ਦਰਜ ਕਰਵਾ ਦਿਓ, ਪਰਚਾ ਦਰਜ ਹੋ ਗਿਆ। ਦੇਖੋ ਪਹਿਲਾਂ ਰੋਕ, ਫਿਰ ਠਾਕਾ, ਫਿਰ ਬਰਾਤ। ਸਾਡਾ ਕੰਮ ਜਿੰਨਾ ਚਿਰ ਇਹ ਅੰਦਰ ਨਹੀਂ ਜਾਂਦਾ ਉਨੀ ਦੇਰ ਸੰਘਰਸ਼ ਰਹੂਗਾ ਹੀ ਰਹੂਗਾ। ਹਲੇ ਪਹਿਲਾ ਸਟੈਪ ਹੋਇਆ, ਰੋਕ ਹੋਈ ਹੈ, ਜਿੰਨਾ ਚਿਰ ਇਹ ਹਾਂਜੀ 6 ਮਹੀਨੇ ਸਰ 5.5 ਮਹੀਨੇ ਹੋ ਗਏ ਮੈਨੂੰ ਇੱਥੇ ਬੈਠੀ ਨੂੰ, 7.5 ਮਹੀਨੇ ਹੋ ਗਏ ਕੰਪਲੇਂਟ ਦਿੱਤੀ ਨੂੰ, FIR ਨਹੀਂ ਸੀ ਹੋ ਰਹੀ ਇਹਦੇ ਖਿਲਾਫ਼, ਪੁਲਿਸ ਕੋਈ ਐਵੀਡੈਂਸ ਨਹੀਂ ਇਕੱਠਾ ਕੀਤਾ, ਪੁਲਿਸ ਕਾਰਵਾਈ ਨਹੀਂ ਸੀ ਕਰ ਰਹੀ। ਅਦਾਲਤ ਨੇ ਮੈਨੂੰ ਇਨਸਾਫ਼ ਦਿੱਤਾ, ਤਾਂ ਵੀ ਪੁਲਿਸ ਭੱਜਦੀ ਪਈ ਸੀ ਇਹਦੇ FIR ਕਰਨ ਤੋਂ, ਕਿਉਂਕਿ ਪੋਲੀਟੀਕਲ ਪ੍ਰੈਸ਼ਰ ਸੀ। ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਕਦੇ ਕਹਿੰਦੇ ਸੀਗੇ ਸਿਸਟਮ ਖਰਾਬ ਆ, ਕਦੇ ਲਾਈਟ ਗਈ ਆ, FIR ਕਰਦੇ ਨਹੀਂ ਸੀ ਪਏ, ਸਾਫ਼ ਹੀ ਨਾ ਕਰਦੇ ਪਏ ਸੀਗੇ, ਕਿਉਂਕਿ ਉਹਨਾਂ ਦੀ ਬੋਲੀ ਬੋਲਦੇ ਸੀ। ਅੱਜ ਵੀ ਹੁਣ ਮੈਨੂੰ ਧੱਕੇ ਨਾਲ ਅੰਦਰ ਲੈ ਕੇ ਜਾ ਰਹੇ ਸੀ, ਮੈਜਿਸਟ੍ਰੇਟ ਕੋਲ ਬਿਆਨ ਕਰਾਉਣੇ ਆ ਤੁਹਾਡੇ, ਨਵੀਂ ਗੇਮ ਖੇਡਦੇ ਪਏ ਸੀ, FIR ਦੀ ਕਾਪੀ ਨਹੀਂ ਸੀ ਦੇ ਰਹੇ। ਇਹ ਤਾਂ ਹਰੀਸ਼ ਹੈ ਟਾਂਡਾ ਜੀ ਆਏ, ਉਹਨਾਂ ਨਾਲ ਲੜੇ ਤਾਂ ਕਾਪੀ ਮਿਲ, ਵਟਸਐਪ ਕਾਪੀ ਕਰੀ ਆ ਹੁਣ ਮੈਨੂੰ ਉਹਨਾਂ ਨੇ FIR ਕਾਪੀ, ਅਦਰਵਾਈਜ਼ ਪੁਲਿਸ ਕੋਈ ਹੋਰ ਗੇਮ ਖੇਡਣ ਦੇ ਚੱਕਰ 'ਚ ਸੀ। ਹਾਂਜੀ ਸਰ, ਦਬਾਅ ਦੇ ਵਿੱਚ ਹੀ ਕੀਤੀ ਆ, ਅਦਰਵਾਈਜ਼ ਹੋਣੀ ਨਹੀਂ ਸੀ। ਸਿਮਰਜੀਤ ਬੈਂਸ ਨੂੰ ਪੂਰਾ ਬਚਾ ਰਹੀ ਸੀ ਪੁਲਿਸ, ਸਰ ਪੁਲਿਸ ਨੇ ਬਹੁਤ ਦੇਰੀ ਕਰਤੀ, ਜਿਹੜੀ ਇਨਸਾਫ਼ ਪੁਲਿਸ ਨੇ ਦੇਣਾ ਸੀ ਉਹ ਮੈਨੂੰ ਅਦਾਲਤ ਨੇ ਦਿੱਤਾ। ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਆ, ਕੋਈ ਇਨਸਾਫ਼ ਨਹੀਂ ਹੈਗਾ ਪੁਲਿਸ ਦੇ ਕੋਲ, ਅਦਾਲਤ ਹੀ ਇਨਸਾਫ਼ ਦਿੰਦੀ ਆ। ਇੰਨਾ ਸੋਚ ਲਓ, ਜ਼ੁਲਮ ਸਹੋਗੇ ਤਾਂ ਜ਼ੁਲਮ ਕਰਨਾ ਵੀ ਉਨਾ ਪਾਪ ਆ, ਜ਼ੁਲਮ ਸਹਿਣਾ ਵੀ ਪਾਪ ਆ, ਪਰ ਲੋਕਾਂ ਨੂੰ ਸਾਥ ਦੇਣਾ ਚਾਹੀਦਾ। ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ, ਸਿਰਫ ਰਿਸ਼ੀਆ ਟਾਂਡਾ ਜੀ, ਬਲਵਿੰਦਰ ਸਿੰਘ ਸੇਖੋਂ ਦੀ ਵਜ੍ਹਾ ਨਾਲ ਮੈਨੂੰ ਇਨਸਾਫ਼ ਮਿਲਿਆ, ਕਿਉਂਕਿ ਉਹ ਗੁੰਡੇ ਲੋਕ ਨੇ, ਤਾਕਤਵਰ ਲੋਕ ਨੇ, ਮੈਂ ਉਹਨਾਂ ਨਾਲ ਲੜ ਨਹੀਂ ਸੀ ਸਕਦੀ। ਹਾਂਜੀ ਸਰ, ਉਹਨੂੰ ਰਾਹਤ ਮਿਲਣੀ ਵੀ ਨਹੀਂ, ਕਿਉਂਕਿ ਉਹ ਗੁਨਾਹਗਾਰ ਆ, ਜੇ ਨਾ ਗੁਨਾਹ ਕਰਦਾ ਤੇ ਅੱਜ ਉਹ ਇਸ ਹਾਲ 'ਚ ਨਾ ਹੁੰਦਾ। ਔਰ ਬਾਕੀ ਦੇ ਪੋਲੀਟੀਸ਼ੀਅਨਸ ਵੀ ਆ, ਉਹਨਾਂ ਤੋਂ ਉਹ ਤੋਂ ਅਕਲ ਲੈਣ, ਕਿਸੇ ਦੀ ਹੈਲਪ ਨਹੀਂ ਕਰਨੀ, ਮਿਸਯੂਜ਼ ਨਾ ਕਰੋ, ਹੱਥ ਜੋੜ ਦਿਓ ਪਰ ਕਿਸੇ ਦਾ ਮਿਸਯੂਜ਼ ਨਾ ਕਰੋ। ਪਰ ਲੋਕ ਇਨਸਾਫ਼ ਪਾਰਟੀ ਕਹਿ ਰਹੀ ਸਿਆਸਤ ਹੋ ਰਹੀ ਹੈ, ਮੁੱਦੇ ਦੇ ਅਕਾਲੀ ਦਲ ਸਮਰਥਨ ਕਰ ਰਿਹਾ। ਸਰ ਜੇ ਸਿਆਸਤ ਹੁੰਦੀ ਤਾਂ ਕਦੋਂ ਦਾ ਜੇਲ੍ਹ 'ਚ ਹੁੰਦਾ, ਇਹ ਸਿਆਸਤ ਨਹੀਂ। ਮੈਂ ਇੱਥੇ ਰੁਲਦੀ ਨਾ 5.5 ਮਹੀਨੇ, ਮੈਂ ਵੀ ਬਹੁਤ ਵੱਡੇ ਘਰ ਦੀ ਕੁੜੀ ਹਾਂ, ਮੈਂ ਆਮ ਘਰ ਦੀ ਕੁੜੀ ਨਹੀਂ ਹੈਗੀ, ਠੀਕ ਹੈ ਨਾ ਸਰ। ਮੈਨੂੰ ਇਨਸਾਫ਼ ਨਹੀਂ ਮਿਲਿਆ ਤੇ ਆਮ ਲੋਕਾਂ ਨੂੰ ਕਿੱਥੋਂ ਮਿਲਣਾ ਹੈ? ਕੀ ਲੱਗਦਾ ਕੌਣ ਜਿਹੜਾ ਸਮਰਥਨ ਕਰ ਰਿਹਾ ਸੀ ਬੈਂਸ ਦਾ, ਜਿਹੜਾ ਹਜੇ ਤੱਕ ਤੋਂ ਇਨਸਾਫ਼ ਨਹੀਂ ਮਿਲਿਆ? ਸਾਰੇ ਦਾ ਸਮਰਥਨ ਕਰ ਰਿਹਾ ਸੀ ਭਾਰਤ ਭੂਸ਼ਣ ਆਸ਼ੂ, ਪੋਲੀਟੀਕਲ ਪ੍ਰੈਸ਼ਰ ਸੀ, ਕਾਂਗਰਸ ਦੇ ਨਾਲ ਰਲੇ, ਕਾਂਗਰਸ ਦੇ ਨਾਲ ਇਹਨੂੰ ਰਲਾਇਆ ਜਾ ਚੁੱਕਿਆ ਸੀ, ਇਸ ਕਰਕੇ ਇਹਨੂੰ ਬਚਾਇਆ ਜਾ ਰਿਹਾ ਸੀ। ਇੱਕ ਹੋਰ ਲੇਡੀ ਅੱਗੇ ਆਏ ਸੀ ਕੰਪਲੇਨ ਕਰਨ ਲਈ, ਸਰ ਆਉਣਾ ਚਾਹੀਦਾ ਉਹਨੂੰ, ਹਰ ਹਾਲ 'ਚ ਆਉਣਾ ਚਾਹੀਦਾ, ਉਹ ਵੀ ਆਊਗੀ, ਆਊਗੀ ਤਾਂ ਇਨਸਾਫ਼ ਲੈ ਲੂਗੀ। ਇੱਦਾਂ ਲੜ ਕੇ ਇਨਸਾਫ਼ ਮਿਲਣਾ, ਘਰ ਬਹਿ ਕੇ ਨਹੀਂ ਮਿਲਣਾ।